ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕੀਤੀ ਹੈ। ਜਿਹੜਾ ਹਰ ਧਾਰਮਿਕ ਪੰਜਾਬ ਦੇ ਅੰਦਰ ਬਹੁਤ ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਉੱਤੇ ਮੇਲੇ ਭਰਦੇ ਆ, ਚਾਹੇ ਉਹ ਕੋਈ ਸ਼ਹੀਦੀ ਜੋੜ, ਬਹੁਤ ਸਾਰੀਆਂ ਧਾਰਮਿਕ ਸੰਸਥਾ ਧਾਰਮਿਕ ਪ੍ਰੋਗਰਾਮਾਂ ਦੇ ਉੱਤੇ ਜਿਹੜੀਆਂ ਇਤਿਹਾਸਕ ਸਥਾਨਾਂ ਤੇ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ। ਸੋ ਅਸੀਂ ਵੀ ਸਾਰੇ ਇਸ ਗੱਲ ਦੇ ਨਾਲ ਲੋਕ ਇਨਸਾਫ ਪਾਰਟੀ ਇਤਫਾਕ ਰੱਖਦੀ ਆ। ਪਿਛਲੇ ਸਾਲ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਸਾਕਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ, ਪਿਛਲੇ ਸਾਲ ਵੀ ਲੋਕ ਇਨਸਾਫ ਪਾਰਟੀ ਵੱਲੋਂ ਇੱਕ ਦਿਨ ਦਾ ਸੰਕੇਤਕ ਸਫਾਈ ਅਭਿਆਨ ਉੱਥੋਂ ਸ਼ੁਰੂ ਕੀਤਾ ਸੀ। ਅਸੀਂ ਕਿਤੇ ਜਾ ਕੇ ਕੋਈ ਰਾਜਨੀਤਿਕ ਗੱਲ ਨਹੀਂ, ਐਸੇ ਮਹਾਨ ਸਥਾਨਾਂ ਦੇ ਉੱਤੇ ਜਿਨ੍ਹਾਂ ਦੀ ਬਹੁਤ ਵੱਡੀ ਪੱਧਰ ਦੇ ਉੱਤੇ ਇੱਕ ਇਤਿਹਾਸਕ ਮਹੱਤਤਾ, ਅਤੇ ਉੱਥੇ ਜਾ ਕੇ ਕੋਈ ਰਾਜਨੀਤਿਕ ਗੱਲ ਨਹੀਂ। ਸੋ ਇਸ ਵਾਰ ਸਾਰੀ ਲੋਕ ਇਨਸਾਫ ਪਾਰਟੀ ਦੇ ਸਤਿਕਾਰਯੋਗ ਸਾਥੀਆਂ ਨੇ ਰੈਸਲਾ ਕਰਨ ਤੋਂ ਬਾਅਦ ਦੋ ਦਿਨ ਦਾ ਸਫਾਈ ਅਭਿਆਨ 26, 27 ਤੇ 28 ਤਰੀਕ ਨੂੰ ਅਖੰਡ ਪਾਠ ਸਾਹਿਬ ਸਮਾਪਤੀ ਤੋਂ ਬਾਅਦ ਨਗਰ ਕੀਰਤਨ ਸਜਾਏ ਜਾਣੇ, 28 ਤਰੀਕ ਨੂੰ ਵੀ ਸ਼ਮੂਲੀਅਤ ਕਰਾਂਗੇ, ਪਰ ਜਿਹੜਾ ਸਫਾਈ ਅਭਿਆਨ ਆ ਉਹ 26 ਤੇ 27 ਤਰੀਕ ਨੂੰ। 26 ਤਰੀਕ ਸਵੇਰੇ 9 ਵਜੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਾਰਿਆਂ ਨੇ ਇਕੱਠੇ ਹੋ ਜਾਣਾ, ਉੱਥੇ ਹੀ ਰਾਤ ਰੁਕਣ ਦਾ ਰਾਤ ਠਹਿਰਨ ਦਾ ਬੰਦੋਬਸਤ ਕੀਤਾ ਗਿਆ। ਪ੍ਰੋਫੈਸਰ ਗੱਜਣ ਮਾਜਰਾ ਜੀ, ਸਤਿਕਾਰਯੋਗ ਸਰਦਾਰ ਸਿਵੀਆ ਸਾਹਿਬ ਹੋਰਾਂ ਨੇ ਜ਼ਿੰਮੇਵਾਰੀ ਲਈ ਆ ਕਿ 250-300 ਬੰਦੇ ਦੇ ਰਾਤ ਰੁਕਣ ਦਾ ਇੰਤਜ਼ਾਮ, ਲੰਗਰ ਪਾਣੀ ਦਾ ਇੰਤਜ਼ਾਮ ਉੱਥੇ ਹੀ ਆ। 26 ਤਰੀਕ ਸਵੇਰੇ 10 ਵਜੇ ਪਹੁੰਚਣਾ ਅਤੇ 26 ਤਰੀਕ 28 ਤਰੀਕ ਜਿੱਦਣ ਨਗਰ ਕੀਰਤਨ ਜਲੂਸ ਸਜਾਏ ਜਾਂਦੇ ਆ, ਉਸ ਦਿਨ ਵੀ ਇੱਕ ਜਥਾ ਜਿਹੜਾ ਨਗਰ ਕੀਰਤਨ ਜਲੂਸ 'ਤੇ ਅੱਗੇ ਵੀ ਅਤੇ ਪਿੱਛੇ ਵੀ, ਕਿਉਂਕਿ ਪਿੱਛੇ ਆਪਾਂ ਕਈ ਵਾਰੀ ਦੇਖਿਆ ਕਿ ਬਹੁਤ ਸਾਰਾ ਡਿਸਪੋਜ਼ ਬੜਾ ਬੁਰਾ ਮੈਸੇਜ ਆਉਂਦਾ। ਇੱਡਾ ਵੱਡਾ ਮਹਾਨ ਕਾਰਜ ਰਚਾਉਣ ਤੋਂ ਬਾਅਦ ਪਿੱਛੇ ਗੰਦਗੀ ਪਾਉਂਦੇ ਜਾਂਦੇ ਆ। ਸੋ ਉਸ ਗੰਦਗੀ ਨੂੰ ਸਾਫ਼ ਕਰਨ ਲਈ ਇਹ 3 ਦਿਨ ਦਾ, 2 ਦਿਨ ਤਾਂ ਪਰਮਾਨੈਂਟ ਹੈਗੇ। ਜਿਹੜਾ ਨਗਰ ਕੀਰਤਨ ਵਾਲਾ ਦਿਨ 28 ਤਰੀਕ, ਉਸ ਦਿਨ ਵੀ ਜਥਾ ਨਾਲ ਚੱਲੂਗਾ। ਸੋ ਮੈਂ ਆਸ ਕਰਦਾ ਦੋਸਤੋ ਆਪਾਂ ਸਾਰੇ ਇੱਕ ਪ੍ਰਣ ਕਰ ਲਈਏ ਕਿ ਜਿੰਨੀਆਂ ਧਾਰਮਿਕ ਜਗ੍ਹਾ ਦੇ ਉੱਤੇ ਕੋਈ ਸਮਾਗਮ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ, ਉੱਥੇ ਕੋਈ ਰਾਜਨੀਤਿਕ ਗੱਲ ਨਾ ਕੀਤੀ। ਪੂਰੀ ਦੁਨੀਆਂ ਨੂੰ ਅਸੀਂ ਇੱਕ ਸੰਦੇਸ਼ ਦਈਏ ਕਿ ਸਾਡੇ ਵਾਸਤੇ ਗੁਰੂ ਸਾਹਿਬ ਫਰਮਾ ਕੇ ਗਏ ਆ।